अस्सलाम वालेकुम दोस्तों, किवें तुसीं सब? उम्मीद है सब खरीत ना होदे चलाए दे। अज दा ब्लॉग शुरू करने, अगर तुहानूं वीडियो पसंद आए चैनल सबसक्राइब कर देना, वीडियो लाइक कर दिओ ते कमेंट भी कर दिओ। स्प्रे हो रही है कणक नूं, आ कणक ते जिहड़ा जूटियां जड़ी बूटियां जिहड़ियां गंद गुंद सी ना उहदी कर रहे हां, नाल नाल यूरिया पा रहे हां। लोकां नूं दसिया? हाँ जी दसी आवा ना, मैं करते पे तुम आखो, तुम आखो चोरी चोरी कर लिए। लोगों अगे पता उस दिन मेरा आया से एक दिन मुंडा, मैं कहता है 2-3 किलो ना यूरिया पाया करो। मैं पिछले साल भी पाया सी। हाँ वो कहता ना ज़्यादा फायदा होंगे, जो पछोरा पाने वो थले थले रहना, तो जो यूरिया पाने उनका ज़्यादा फिर असर होंगे, उत्ते उत्ते पै जाता ना डायरेक्ट पै जाता। अच्छा आ मिक्स कर लिया गया छोटी बोतल, अरे हाँ जी आज फोकस हो गया। एल ए मैक्स डाल रहे हैं। ये किन्नी भला? आ 4 किलियां दी? ये तिना दी? आ सर तिना दी 42 ग्राम 42 ग्राम है जहर। आ जड़ी बूटियाँ मार जरी जहर, सिर्फ जरी इस्तेमाल के लिए। हाँ जी ये काली दो करनी है। आओ सामने पे आओ प्रॉब्लम को अभी जड़ी बूटियाँ वैसे ना अब है जड़ी बूटी मार जहर, सिर्फ जरे इस्तेमाल के लिए। ये दो दो कर रहे हैं, नाल चौड़े पत्ते की भी हो रही है। आई 1 लीटर पैंदा इतने तुहानू किले आ गया 330 मिलीलीटर 330 मिलीलीटर 990 मिलीमीटर, मतलब कि एक लीटर जोड़ा है ना वो पैंता 3 किलियां बिच। इन्होंने दोवों मिक्स करके तो नाल यूरिया पा दी थी, तो इन्हें बिच कैन बिच ला के तो मशीन बिच पा पा दी थी। आप दो कैना ही पा रहे हैं क्योंकि पार लैके जाना होंगे, एक मशीन च लिया दो कैनियों से पार दी दी 3 टंकियां उन्दे हो जाए ने। ਕਿਹੜੀ ਨਹੀਂ ਆਈ? ਇੱਕ ਪੈ ਗਈ, ਥੋੜ੍ਹੀ ਹੋਰ ਪਾ ਉਹਦੇ 1 ਕਿੱਲੇ ਵਿੱਚ ਕੋਈ 2 ਕੁ ਪੈਂਦੀਆਂ ਨੇ 2 ਕਿਲੋ ਯੂਰੀਆ। ਕੋਈ ਨਹੀਂ ਕੱਢੀ, ਯਾਦ ਹੀ ਨਹੀਂ ਰਿਹਾ ਮੈਨੂੰ, ਯਾਦ ਹੀ ਨਹੀਂ ਰਿਹਾ ਕਿ ਜ਼ਰੂਰੀ ਵੇਖਣੀ। चलो जान लगे मैं एक याद कराई जमी जे जे निकली ना तो फिर कड़ी जुदाई नील कपूर दी। चलो आज खोलन लगे हैं, आज 4 किलियां की स्प्रे रह गई, बाकी जी पार पूर सारी हो गई है। इंदे नाल ना जी छोटी सी बनी है, इंदे मिन के पाई दी एक टैंकी जी एक पा दी दी। ए पूरी कैन दी किन्नी होंदी है मंद? ए किन्नियां भरा दी होंदी है? केड़ी ग्लासी पता नहीं किन्नी वेख सा लगा। चल ठीक है जिन्नी भी जान दे, अगर ये 50 होंगे फिर इंदियाँ 20 हो जाए। वो तो लिखा होया हाँ 50 ml अदे पूरी भर के किन्नी हो जाएगी वो जी साइड से 93 आ
ਪੰਜਾਹ ਤੋਂ ਜ਼ਿਆਦਾ ਹੋਈ ਇਹਦੀ ਹੈਗਾ ਲੀਟਰ ਹਾਂ ਕੋਈ 60 ਹੋਈ ਇਹਦੀ ਆਪਾਂ ਪੂਰੀ ਭਰ ਕੇ ਪਾਈ ਦੀ ਨਾ ਇਹ ਲੀਟਰ ਹੀ ਆ ਹਾਂਜੀ ਆਹ ਇਹ ਤਾਂ ਬਹੁਤ ਲੀਟਰ ਦੀ ਹੈ 1500 ਹੋ ਜਾਂਦੀ ਹੁੰਦੀ ਆ ਲੀਟਰ ਇਹਦੇ 'ਚ ਕਿੰਨੀ ਹੁੰਦੀ ਹੈ 1000 ਹਾਂ ਪੰਜਾਹ ਪੰਜਾਹ 1000 ਐਮਐਲ ਹੁੰਦੀ ਨਾ 20 ਗਲਾਸੀਆਂ ਫਿਰ ਹੁੰਦੀ ਤਾਂ ਆਪਾਂ ਭਰ ਕੇ ਪਾਉਂਦੇ ਹਾਂ ਨਾ ਹਾਂ ਆਪਾਂ ਨੂੰ ਜ਼ਿਆਦਾ ਪਾਉਣਾ ਆਪਣਾ ਕੋਈ 70 ਕੁ ਐਮਐਲ ਲੋਕ ਇਹਦੀ ਅੱਛਾ ਅੱਜ ਪੂਰੀ ਪਾਉਣ ਲੱਗੇ ਹਾਂ ਮਿਣ ਕੇ ਪਾਊਂ ਵਿੱਚੋਂ ਵੱਢਦੀ ਨਹੀਂ ਨਾ ਅੱਛਾ ਅੱਛਾ ਆ ਤਕਰੀਬਨ ਨਾ ਥੋੜ੍ਹੀ ਬਚੀ ਹੋ ਗਲਤੀ ਕਰ ਰਹਿ ਲਈ ਮੇਰਾ ਸਹੀ ਹੈ ਆਹ ਸਹੀ ਹੈ ਵੀ ਪਰ ਉਹਦੇ ਨਸਲ 'ਚ ਉਹਦੇ ਨਾਲ ਸਹੀ ਹੈ ਨਾ ਇਹ ਤਾਂ ਵਿੱਚ ਵਾੜਨੀ ਪੈਣੀ ਚਲੋ ਇਹ ਵੱਢਦੀ ਹੈ ਫਿਰ ਉਹਦੇ ਨਾਲ ਥੋੜ੍ਹਾ ਡੁੱਲ ਜਾਂਦਾ ਚਲੋ ਹਾਂਜੀ ਨਹੀਂ ਐਡੀ ਛੇਤੀ ਨਹੀਂ ਆਉਂਦੀ ਆ ਜੀ ਪਿੱਛੇ ਟੈਂਕੀ ਤਿਆਰ ਹੁੰਦੀ ਪਈ ਉਹ ਤਿਆਰ ਹੈ ਆਹ ਵੀ ਤਿਆਰ ਹੋ ਗਈ ਹੈ ਇਹ ਤਕਰੀਬਨ ਕੋਈ 3 ਜਾਂਦੀਆਂ ਪਈਆਂ ਨੇ 1 ਕਿੱਲੇ ਵਿੱਚ ਅਤੇ 2-2 ਕਿੱਲਿਆਂ ਸਾਰੇ ਆਪਣੇ ਪਲਾਟ ਕਿੱਲੇ ਵਾਲਾ ਕੋਈ ਵੀ ਨਹੀਂ ਹੈਗਾ ਕਿੱਲੇ ਵਾਲਾ ਕੌ ਪਰਾਂ ਹੋਇਆ ਸੀ ਉਹਦੇ 4 ਹੀ ਗਈਆਂ ਸੀ ਮੇਰੇ ਖਿਆਲ 'ਚ ਉਹਦੇ 4 ਹੀ ਗਈਆਂ ਸੀ ਉਹ ਕਾਲਾ ਪੁੱਤ ਨਾਂ ਨਹੀਂ ਲੈਂਦਾ ਪਿਆ ਉਦੋਂ ਕਹਿੰਦਾ ਮੈਂ 4 ਗਈਆਂ ਉਸ ਤੋਂ ਬਾਅਦ ਫਿਰ ਜਦੋਂ ਇੰਨਾ ਪੱਕਣ ਲੱਗ ਗਿਆ ਉਹਨੇ 3-3 ਗਈਆਂ ਨੇ ਆਹ 4 ਕਿੱਲੇ ਨੇ ਇੱਕ ਉੱਪਰਲੀ ਸਾਈਡ 'ਤੇ ਕਰ ਦਿੱਤੀ ਗਈ ਕੱਲ੍ਹ ਇਹ ਮਾਨ ਤਾਂ ਅੱਗੇ ਲੈ ਕੇ ਚੱਲਿਆ ਇੱਕ ਜੇ ਉੱਧਰ ਕੇ ਅੱਗੇ ਖਤਮ ਹੋ ਜਾਵੇ ਤਾਂ ਉੱਥੇ ਪਾ ਲਈ ਇੱਥੇ ਨਹਾਉਣਾ ਪਿਆ ਨਹਾਉਣਾ ਪਵੇ ਆ ਜੀ ਆ ਜਾ ਨਾਲ ਨਾਲ ਗਿਣਦੀ ਵੀ ਕਿੰਨੀਆਂ ਟੈਂਕੀਆਂ ਹੋਈਆਂ ਹਨ ਆ ਕਾਪੀ ਉਹਨੇ ਫੜੀ ਹੋਈ ਨਾਲ ਪੈਨਸਲ ਫੜੀ ਹੋਈ ਵੀ ਨਾਲ ਨਾਲ ਉਹ ਲਿਖੀ ਜਾਂਦੀ ਕਿੰਨੀਆਂ ਟੈਂਕੀਆਂ ਹੁੰਦੀਆਂ ਪਈਆਂ ਨੇ ਆਹੀ ਕੁੱਕੜ ਵੀ ਇੱਥੇ ਲੱਗੇ ਫਿਰਦੇ ਨਾਲੇ ਨਵੇਂ ਨੇ ਆਪਾਂ ਕੂੜੇ ਦਾ ਦਵਾਈ ਦਵੂਈ ਤਾਂ ਹੈਗੀ ਇੱਧਰ ਵਾਲੀ ਸਾਈਡ ਦੇ ਨਾ ਹੁਣ ਆਲੂ ਛੋਲੇ 'ਚ ਬਾਬੇ ਤਿਆਰ ਕੀਤੇ ਹੋਏ ਨੇ ਜਿੰਨੇ ਦੇ ਮਰਜ਼ੀ ਖਾਓ ਹੋਏ ਫਿਲ ਕਰਦੇ ਪੈਨ ਪਲੀਜ ਕੀ ਉਹ ਖਾਲੀ ਹੋ ਗਈ ਹਾਂਜੀ ਕਿੰਨੀਆਂ ਹੋ ਗਈਆਂ ਟੈਂਕੀਆਂ 2 ਆ ਤੀਜੀ ਪੈਂਦੀ ਬਈ ਕੀ ਕਰਨੀ ਬਈ ਗਿਣਤੀ ਤੇਰੀ ਗੱਲ 'ਤੇ ਹਾਂਜੀ ਆ 3 ਹੋ ਗਈਆਂ ਨੇ ਪੱਕੀ ਗੱਲ ਆ ਜੀ 1-2 ਪਹਿਲੇ ਲੀਚੀ ਹੋਈ ਹੈ 3 ਦਿਨ ਟਿੱਕ ਲਾਈ ਜਾਂਦੀ ਹੈ ਇਹਦੇ ਵੀ ਟਿੱਕ ਲੱਗ ਗਿਆ ਇਹਦੇ ਵੀ ਟਿੱਕ ਲੱਗ ਗਿਆ ਇਹਦੇ ਵੀ ਟਿੱਕ ਲੱਗ ਗਿਆ ਅਤੇ ਗਿਣਤੀ ਕਿੰਨੀ ਤੱਕ ਜੇ 7 ਤੱਕ ਗਿਣਤੀ ਗਿਣਤੀ ਇੰਨਾ ਨਾ ਤੂੰ ਸਹੀ ਨਹੀਂ ਲਿਖਿਆ ਹੈਗਾ 8, 9, 10 ਚਲੋ ਅਗਰ 10 ਤੋਂ ਜ਼ਿਆਦਾ ਪੈ ਗਈਆਂ ਤਾਂ ਫਿਰ 11 ਲਿਖ ਲੈਂਦੀ ਚਲੋ ਕੋਈ ਸਪਰੇਅ ਤਾਂ ਚਲਾਉਂਦੀ ਰਹਿਣੀ ਹੁਣ ਘੰਟਾ ਕੁ ਲੱਗ ਗਿਆ ਘੰਟਾ 1.5 ਘੰਟਾ ਅਤੇ ਵੀਡੀਓ ਆਈ ਤੀ ਆਪਾਂ ਇੱਥੇ ਲਿਖਾਂਗੇ ਅਗਰ ਤੁਹਾਨੂੰ ਪਸੰਦ ਆਈ ਹੋਵੇ ਚੈਨਲ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਕਰ ਦਿਆ ਅਤੇ ਕਮੈਂਟ ਵੀ ਕਰ ਦਿਆ